ਅਸੀਂ ਨਗਰ ਕੌਂਸਲ ਤਲਵੰਡੀ ਭਾਈ ਵੱਲੋਂ ਸ਼ਹਿਰ ਵਾਸੀਆਂ ਨੂੰ ਇਸ ਸਵੱਛਤਾ ਐਕਸਪ੍ਰੈਸ ਤਲਵੰਡੀ ਭਾਈ ਰਾਹੀਂ ਇੱਕ ਮੈਸੇਜ ਦੇਣਾ ਚਾਹੁੰਦੇ ਹਾਂ, ਇੱਕ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਸ਼ਹਿਰ ਨੂੰ ਸਾਫ਼ ਸੁਥਰਾ ਕਰਨ ਵਿੱਚ ਅਸੀਂ ਕਿਸ ਪ੍ਰਕਾਰ ਭੂਮਿਕਾ ਨਿਭਾ ਰਹੇ ਹਾਂ ਔਰ ਸ਼ਹਿਰ ਵਾਸੀਆਂ ਨੂੰ ਸ਼ਹਿਰ ਨੂੰ ਸਾਫ਼ ਸੁਥਰਾ ਕਰਨ ਵਿੱਚ ਕੀ ਕਰਨਾ ਚਾਹੀਦਾ ਹੈ। ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਇਸ ਦਾ ਨਾਮ ਦਿੱਤਾ ਹੈ ਕਿ ਸਵੱਛਤਾ ਐਕਸਪ੍ਰੈਸ ਤਲਵੰਡੀ ਭਾਈ। ਇਸ ਦੇ ਵਿੱਚ ਅਸੀਂ 8 ਬਾਕਸ ਤਿਆਰ ਕੀਤੇ ਨੇ, 8 ਬੋਗੀਆਂ ਤਿਆਰ ਕੀਤੀਆਂ ਨੇ। ਪਹਿਲੀ ਬੋਗੀ ਦੇ ਵਿੱਚ ਸਵੀਪਿੰਗ, ਸ਼ਹਿਰ ਦੀ ਸਫਾਈ, ਕਚਰੇ ਦੀ ਕਲੈਕਸ਼ਨ, ਕਚਰੇ ਨੂੰ ਵੱਖਰਾ ਵੱਖਰਾ ਕਰਨਾ, ਕਚਰੇ ਗਿੱਲੇ ਕਚਰੇ ਤੋਂ ਖਾਦ ਤਿਆਰ ਕਰਨਾ, ਸੁੱਕੇ ਕਚਰੇ ਨੂੰ ਮਟੀਰੀਅਲ ਰਿਕਵਰੀ ਕਰਨਾ, ਰੀਸਾਈਕਲਿੰਗ ਕਰਨਾ, ਰੀਸੇਲ ਕਰਨਾ, ਰੀਯੂਜ਼ ਕਰਨਾ। ਉਸ ਤੋਂ ਬਾਅਦ ਆਪਣੇ ਸ਼ਹਿਰ ਦੇ ਜਨਤਕ ਪਖਾਨਿਆਂ ਨੂੰ, ਪਬਲਿਕ ਟਾਇਲਟਸ ਨੂੰ ਸਾਫ਼ ਸੁਥਰਾ ਰੱਖਣਾ। ਉਸ ਤੋਂ ਬਾਅਦ ਜਿਹੜਾ ਵੇਸਟ ਮਟੀਰੀਅਲ ਹੁੰਦਾ ਹੈਗਾ ਉਸ ਨੂੰ ਪ੍ਰੋਸੈਸ ਕਿਵੇਂ ਕਰਨਾ ਹੈਗਾ, ਔਰ ਲਾਸਟ ਬੋਗੀ ਦੇ ਵਿੱਚ ਕਚਰਾ ਮੁਕਤ ਸਿਟੀ ਕਿਵੇਂ ਬਣਾਇਆ ਜਾ ਸਕਦਾ ਹੈ। ਔਰ ਸਾਡਾ ਇਹ ਮੈਸੇਜ ਹੈ ਕਿ ਆਓ ਰਲ ਮਿਲ ਇਸ ਸਵੱਛਤਾ ਐਕਸਪ੍ਰੈਸ ਦੇ ਮੁਸਾਫਰ ਬਣੀਏ ਤੇ ਤਲਵੰਡੀ ਭਾਈ ਸ਼ਹਿਰ ਨੂੰ ਸਾਫ਼ ਸੁਥਰਾ ਤੇ ਕਚਰਾ ਮੁਕਤ ਬਣਾਈਏ। ਇੱਕ ਲੋਕਾਂ ਨੂੰ ਸੁਨੇਹਾ ਦੇਣ ਵਾਸਤੇ ਇਹ ਜਿਹੜੀ ਇਹ ਵਾਲ ਪੇਂਟਿੰਗ ਤਿਆਰ ਕੀਤੀ ਗਈ ਹੈ ਔਰ ਪਿੱਛੇ ਜੇ ਵਾਲ ਪੇਂਟਿੰਗ ਪੂਰੇ ਪੰਜਾਬ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਰਹੀ ਹੈ।